ਸਾਰਾ ਅਲੀ ਖਾਨ ਇਹਨਾਂ ਦਿਨਾਂ ਦੇ ਵਿੱਚ ਸੁਰਖੀਆਂ ਬਟੋਰ ਰਹੀ ਹੈ ਆਪਣੀ ਆਉਣ ਵਾਲੀ ਫਿਲਮ ਅਤਰੰਗੀ ਰੇਹ ਦੇ ਕਾਰਨ। ਟ੍ਰੇਲਰ ਦੇ ਵਿੱਚ ਸਾਰਾ ਦੀ ਐਕਟਿੰਗ ਨੂੰ ਕਾਫੀ ਜ਼ਿਆਦਾ ਪਸੰਦ ਵੀ ਕੀਤਾ ਜਾ ਰਿਹਾ ਹੈ। ਫਿਲਮ ਕੇਦਾਰਨਾਥ ਤੋਂ ਡੈਬਿਊ ਕਰਨ ਵਾਲੀ ਸਾਰਾ ਅਲੀ ਖਾਨ ਨੇ ਹੌਲੀ ਹੌਲੀ ਕਰਕੇ ਬਾਲੀਵੁੱਡ ਦੇ ਵਿੱਚ ਆਪਣੇ ਕਦਮ ਪੱਕੇ ਕਰ ਲਏ ਨੇ ਅਤੇ ਹੁਣ ਜਲਦ ਹੀ ਉਹ ਫਿਲਮ ਅਤਰੰਗੀ ਰੇਹ ਦੇ ਵਿੱਚ ਸਾਨੂੰ ਨਜ਼ਰ ਆਉਣ ਵਾਲੀ ਹੈ। ਵਰਸੋਵਾ ਦੇ ਵਿੱਚ ਸਾਰਾ ਨੂੰ ਸਪੋਟ ਕੀਤਾ ਗਿਆ ਅਤੇ ਵਰਸੋਵਾ ਜੈਟੀ ਦੇ ਵਿੱਚ ਬੈਠ ਕੇ ਸਾਰਾ ਨੇ ਕਾਫੀ ਜ਼ਿਆਦਾ ਮਜ਼ਾ ਵੀ ਲਿਆ। ਵੈਲ ਸਾਰਾ ਨੇ ਪੈਪਰਾਜ਼ੀ ਨੂੰ ਨਮਸਤੇ ਵੀ ਕਹੀ ਅਤੇ ਉਸ ਤੋਂ ਬਾਅਦ ਪੈਪਰਾਜ਼ੀ ਦੇ ਕਹਿਣ 'ਤੇ ਸਾਰਾ ਅਲੀ ਖਾਨ ਨੇ ਆਪਣਾ ਮਾਸਕ ਵੀ ਰਿਮੂਵ ਕੀਤਾ ਤਾਂ ਕਿ ਉਹਨਾਂ ਦੀ ਕਲਿੱਕ ਸਿਰਫ ਤਾਂ ਕਿ ਉਹਨਾਂ ਦੀ ਤਸਵੀਰਾਂ ਚੰਗੀ ਤਰ੍ਹਾਂ ਆ ਜਾਣ। ਵੈਲ ਹੁਣ ਦੇਖਣਾ ਇਹੀ ਬਾਕੀ ਹੈ ਕਿ ਸਾਰਾ ਦੀ ਫਿਲਮ ਅਤਰੰਗੀ ਰੇਹ ਨੂੰ ਕਿੰਨਾ ਕੁ ਜ਼ਿਆਦਾ ਪਿਆਰ ਮਿਲਦਾ ਹੈ। ਇਸੇ ਦੇ ਨਾਲ ਹੀ ਸ਼ਿਲਪਾ ਸ਼ੈੱਟੀ ਵੀ ਮੁੰਬਈ ਦੀਆਂ ਸੜਕਾਂ 'ਤੇ ਸਪੋਟ ਕੀਤੀ ਗਈ ਅਤੇ ਸ਼ਿਲਪਾ ਦੀ ਜੇਕਰ ਗੱਲ ਕਰੀ ਤਾਂ ਸ਼ਿਲਪਾ ਸ਼ੈੱਟੀ ਦੇ ਹੱਥ ਦੇ ਵਿੱਚ ਇੱਕ ਸਕ੍ਰਿਪਟ ਵੀ ਸਪੋਟ ਕੀਤੀ ਜਾ ਰਹੀ ਹੈ। ਹੁਣ ਦੇਖਣਾ ਇਹੀ ਬਾਕੀ ਕਿ ਸ਼ਿਲਪਾ ਆਉਣ ਵਾਲੇ ਸਮੇਂ ਦੇ ਵਿੱਚ ਹੰਗਾਮਾ 2 ਤੋਂ ਬਾਅਦ ਕੋਈ ਵੱਡੀ ਫਿਲਮ ਕਰਦੇ ਹੈ ਜਾਂ ਫਿਰ ਨਹੀਂ, ਪਰ ਸ਼ਿਲਪਾ ਸ਼ੈੱਟੀ ਨੂੰ ਮੁੰਬਈ ਦੇ ਵਿੱਚ ਸਪੋਟ ਕੀਤਾ ਗਿਆ ਅਤੇ ਸ਼ਿਲਪਾ ਦੀ ਜੇਕਰ ਵਰਕ ਫਰੈਂਡ ਦੀ ਗੱਲ ਕਰੀਏ ਤਾਂ ਇੰਡੀਆਜ਼ ਗੋਟ ਟੈਲੈਂਟ ਦੇ ਜੂਰੀ ਮੈਂਬਰ ਦੇ ਰੂਪ ਦੇ ਵਿੱਚ ਸ਼ਿਲਪਾ ਸ਼ੈੱਟੀ ਸਾਨੂੰ ਨਜ਼ਰ ਆ ਰਹੀ ਹੈ। ਅਤੇ ਇਸੇ ਦੇ ਨਾਲ ਹੀ ਐਕਟਰੈਸ ਨੁਸਰਤ ਬਰੂਚਾ ਨੂੰ ਵੀ ਮੁੰਬਈ ਏਅਰਪੋਰਟ 'ਤੇ ਸਪੋਟ ਕੀਤਾ ਗਿਆ। ਨੁਸਰਤ ਨੇ ਆਪਣੀ ਇੱਕ ਛੋਟੀ ਜਿਹੀ ਫੈਨ ਦੇ ਨਾਲ ਤਸਵੀਰਾਂ ਵੀ ਕਲਿੱਕ ਕਰਵਾਈਆਂ ਅਤੇ ਨੁਸਰਤ ਦੀ ਕਾਫੀ ਜ਼ਿਆਦਾ ਡੈਸ਼ਿੰਗ ਲੁੱਕ ਦੇ ਵਿੱਚ ਤਸਵੀਰਾਂ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਕੀ ਕੁਛ ਕਹਿਣਾ ਹੈ ਤੁਹਾਡਾ ਇਹਨਾਂ ਕਲਾਕਾਰਾਂ ਦੇ ਬਾਰੇ, ਤੁਸੀਂ ਆਪਣੀ ਰਾਏ ਜ਼ਰੂਰ ਦੇਣਾ। ਬਿਊਰੋ ਰਿਪੋਰਟ, ਦ ਸਮਰ ਨਿਊਜ਼।